ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਪਰਮੇਸ਼ਰ ਦਰਬਾਰ ਸੇਤ ਸੁਧਾਰ ਦੇ ਮਿਸ਼ਨ ਦੇ ਤਹਿਤ ਆਪ ਜੀ ਦੇ ਵਿੱਚ ਅੱਜ ਮੈਂ ਇੱਕ ਸਮੱਸਿਆ ਅਸੀ ਆਈ ਸੀ ਮੇਰੇ ਕੋਲ ਇਹ ਮੌਕੇ ਪੌਰੀਆਂ ਇਹ ਵੀ ਸਮੱਸਿਆ ਹੈ ਨਾ ਪੈਰਾਂ ਦੇ ਵਿੱਚ ਪੌਰੀਆਂ ਹੋ ਜਾਂਦੀਆਂ ਨੇ ਮੌਕੇ ਹੋ ਜਾਂਦੇ ਆ ਸ਼ਰੀਰ ਤੇ ਇਹਦਾ ਬੜਾ ਸੌਖਾ ਜਿਹਾ ਇਲਾਜ ਹੈ ਯਾਰ ਖਾਣ ਵਾਲਾ ਚੂਨਾ 10 ਗ੍ਰਾਮ ਲੈ ਲਓ ਜਿਹੜਾ ਜਰਦੇ ਦੇ ਵਿੱਚ ਪਾ ਕੇ ਖਾਂਦੇ ਆ ਪਾਣ ਚਲਾ ਕੇ ਖਾਂਦੇ ਆ ਇਹ ਚੂਨਾ 10 ਗ੍ਰਾਮ ਲੈ ਲਓ ਸੱਜੀ ਖਸਾਰ ਇਹ ਵੀ 10 ਗ੍ਰਾਮ ਲੈ ਲਓ ਕੱਪੜੇ ਧੋਣ ਵਾਲਾ ਸੋਡਾ ਇਹ ਵੀ 10 ਗ੍ਰਾਮ ਲੈ ਲਓ ਗੇਰੂ ਲੈ ਲਓ 2 ਗ੍ਰਾਮ ਚਾਰ ਚੀਜ਼ਾਂ ਹੋ ਗਈਆਂ ਕੱਪੜੇ ਧੋਣ ਵਾਲਾ ਸੋਡਾ ਸੱਜੀ ਖਸਾਰ ਖਾਣ ਵਾਲਾ ਚੂਨਾ ਤੇ ਗੇਰੂ ਗੇਰੂ 2 ਗ੍ਰਾਮ ਲੈਣਾ ਬਾਕੀ ਤੁਸੀਂ ਲੈ ਲਓ 10 10 ਗ੍ਰਾਮ ਚਾਰਾਂ ਚੀਜ਼ਾਂ ਨੂੰ ਅਲੱਗ ਅਲੱਗ ਪੀਸ ਕੇ ਫਿਰ ਇਕੱਠੀਆਂ ਕਰ ਲਓ ਪਾਣੀ ਦੇ ਨਾਲ ਮਲਮ ਬਣਾ ਲਓ ਇੱਕ ਰਾਤ ਭੀਜੇ ਰਹਿਣ ਦਿਓ ਅਗਲੇ ਦਿਨ ਤੁਸੀਂ ਕਿਸੇ ਡੱਕੇ ਦੇ ਨਾਲ ਜਾਂ ਮਾਰਚਸ ਦੀ ਤੀਲੀ ਦੇ ਨਾਲ ਮੌਕੇ ਤੇ ਇਹਨੂੰ ਲਾ ਲਓ ਇੱਕ ਦਿਨ ਲਾਉਣ ਵਾਲੀ ਮੌਕੇ ਸੁੱਕ ਜਾਂਦੇ ਆ ਜਿਨ੍ਹਾਂ ਦੇ ਪੌਰੀਆਂ ਨੇ ਥੋੜੀ ਪੌਰੀ ਉੱਪਰੋਂ ਵੱਢ ਕੇ ਉਹਦੇ ਵਿੱਚ ਦਵਾਈ ਭਰ ਦਿਓ ਉੱਪਰੋਂ ਜੇਪੀ ਲਾ ਦਿਓ ਜਾਂ ਰੂਨ ਨਾਲ ਬੰਨ੍ਹ ਦਿਓ 2-3 ਦਿਨ ਕਰਨ ਦੇ ਨਾਲ ਪੌਰੀ ਵੀ ਬਿਲਕੁਲ ਖਤਮ ਹੋ ਜਾਂਦੀ ਹੈ ਮੌਕੇ ਇੱਕ ਦੋ ਵਾਰ ਲਾਉਣ ਨਾਲ ਹੀ ਸੁੱਕ ਜਾਂਦੇ ਨੇ ਸੌਖਾ ਜਿਹਾ ਇਲਾਜ ਹੈ ਆਪ ਕਰੋ ਹੋਰਾਂ ਨੂੰ ਜੇ ਕਿਸੇ ਨੂੰ ਪ੍ਰੋਬਲਮ ਹੈ ਮੌਕਿਆਂ ਦੀ ਪੌਰੀਆਂ ਦੀ ਉਹਨਾਂ ਨੂੰ ਵੀ ਇਹ ਦੱਸੋ ਖਾਣ ਵਾਲਾ ਚੂਨਾ 10 ਗ੍ਰਾਮ ਸੱਜੀ ਕਸਾਰ 10 ਗ੍ਰਾਮ ਕੱਪੜੇ ਧੋਣ ਵਾਲਾ ਸੋਡਾ 10 ਗ੍ਰਾਮ ਬੀਰੂ 2 ਗ੍ਰਾਮ ਚਾਰਾਂ ਨੂੰ ਅਲੱਗ-ਅਲੱਗ ਪੀਸ ਕੇ ਮਿਲ ਕੇ ਇਕੱਠੀਆਂ ਕਰ ਲਓ ਪਾਣੀ ਦੇ ਨਾਲ ਮਲਮ ਬਣਾ ਲਓ ਮੌਕਿਆਂ ਤੇ ਇੱਕ ਵਾਰੀ ਲਾਉਣਾ ਹੈ ਡੱਬੀ ਦੀ ਮਾਚਸ ਦੀ ਦਿੱਲੀ ਦੇ ਨਾਲ ਔਰ ਪੌਰੀ ਤੇ ਦੋ ਤਿੰਨ ਦਿਨ ਤੁਸੀਂ ਵਿੱਚ ਭਰ ਲਈਏ ਇਹਨੂੰ ਥੋੜੀ ਜਿਹਾ ਫਿਰ ਵੱਢ ਕੇ ਦਵਾਈ ਲਾ ਕੇ ਉੱਤੋਂ ਰੂਮ ਬੰਨ ਲਿਆ ਕਰੋ ਪਾਉਰੀ ਖਤਮ ਮੌਕੇ ਖਤਮ ਆਪਣੇ ਅਲਾਜ ਆਪ ਕਰੋ ਖੁਸ਼ ਰਹੋ